जिस दिन इन्हों की अंतिम अरदास होंदी है उस दिन ही जड़ा इन्हों का अगला जन्म होंदा है। 30 अगस्त को अर्श का जन्म होंदा जिते उधर अंतम अरदास हो जाती अपने सारिया की होनी है साड़ी भी होनी एक दिन जिद की अंतम अरदास हो गई बस उदो थोड़े टाइम बाद अपने घर जन्म हो गया सी ज्यों असी तो बहुत ही भागाला समझते हैं। तो फिर मैं धरती सैर मारिया आपका तो मैं क्या भी मैं तो भी फिरोजपुर मैं लेके जाओ पहला भी जिते मैं पिछले जन्म सीगा तो उदो बाद तो मेरी बस डैथ हो चुकी थी 5-10 मिनटों के अंदर अंदर क्योंकि वो ब्लड अंदर पैन लग गया। अर्श ना चाक नाल टेढ़ा मीठा जिहा नक्शा जिहा बणाउंदा हुंदा सी कहिंदा सी वी कैंट विच निम वाला चौंक आ ते थोड़ी जी दूरी ते जा के खब्बी साइड साडा घर उन्हां ने जदों इहनूं वेख्या ना ऐ करदे नूं उह कहिंदे वी निम वाला चौंक सच्ची हैगा। जदों उह जगह ते आए तां ना उत्थे जा के सहम गया डर गया अर्श पूरा ते बेहोश होए ते हाल च डिग पिया थल्ले। असीं अजे लिखा के तुरे सी उत्थों ते उन्हां दे फोन आउणे शुरू भी हो गए वी साडा पुत सीगा सनी ते वह आई उन्हें शरीर छड्या ते आई उहदी डैथ होई आ मैं ही उहदा फादर साहब बोल रहा। आ शकलां तो उन्हें तुसीं आप भी देख सकते हो ना आ साडे चलो होण वाले परिवार की है। आ देखो आ फोटो आ गई आ होण वाली है ना माता बापू की साडे दे भम्मी परे सी असीं उदों उत्थों दी आ आए उत्थों वाले माता जी। तुसीं एक गल कहिंदे लोकां नूं अक्सर ही सुनिया होवेगा कि जो कुछ असीं इस जन्म दे विच भुगत रहे हैं जां इह जन्म विच जो साडे नाल होण जा रिहा इह तुहाडा पिछले जन्मां दा लेखा जोखा है इह गल तुसीं अक्सर ही जिहड़ी लोकां दे मूँह सुनी होवेगी। सत श्री अकाल दस सिटी हैडलाइनस देख रहे हो तुसीं मैं तुहाडा दोस्त गगन समा। दोस्तो जे असीं गल कर लगे पुनर्जन्म दी ਤਾਂ ਅੱਜ ਕੱਲ੍ਹ ਸ਼ਾਇਦ ਕਿਤੇ ਨਾ ਕਿਤੇ ਤੁਸੀਂ ਦੇਖਿਆ ਹੋਊਗਾ ਕਿ ਬਹੁਤ ਜ਼ਿਆਦਾ ਘੱਟ ਲੋਕ ਹੁੰਦੇ ਨੇ ਜੋ ਪੁਨਰਜਨਮ 'ਤੇ ਵਿਸ਼ਵਾਸ ਕਰਦੇ ਨੇ ਪਰ ਅੱਜ ਜਿਹੜੀ ਸ਼ਖਸੀਅਤ ਦੇ ਨਾਲ ਤੁਹਾਨੂੰ ਅਸੀਂ ਮਿਲਾਉਣ ਜਾ ਰਹੇ ਹਾਂ ਉਹਨਾਂ ਵੱਲੋਂ ਇੱਕ ਮਿਸ਼ਨ ਵੀ ਚਲਾਇਆ ਜਾ ਰਿਹਾ ਕਿ ਕੋਈ ਵੀ ਜਿਹੜਾ ਲੋੜਵੰਦ ਪਰਿਵਾਰ ਹੈ ਉਹ ਭੁੱਖਾ ਨਾ ਸੌਵੇ ਅਤੇ ਜਿਹੜੇ ਸਾਡੇ ਨਾਲ ਖਾਲਸਾ ਜੀ ਅੱਜ ਮੌਜੂਦ ਨੇ ਸੱਚਮੁੱਚ ਹੀ ਉਹਨਾਂ ਦਾ ਪੁਨਰਜਨਮ ਹੋਇਆ ਅਤੇ ਇਸ ਦੇ ਸੰਬੰਧੀ ਉਹਨਾਂ ਦੇ ਨਾਲ ਅਸੀਂ ਗੱਲਬਾਤ ਵੀ ਜਿਹੜੀ ਕਰਦੇ ਹਾਂ। ਮੇਰੇ ਨਾਲ ਖਾਲਸਾ ਜੀ ਮੌਜੂਦ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਕੀ ਨਾਮ ਹੈ ਤੁਹਾਡਾ ਜੀ? ਅਰਸ਼ਦੀਪ ਸਿੰਘ ਜੀ। ਤੋ ਖਾਲਸਾ ਜੀ ਗੱਲ ਕਰ ਲਗੇ ਤਾਂ ਤੁਹਾਡੀ ਇੱਕ ਵੀਡੀਓ ਵੀ ਜਿਹੜੀ ਕਾਫੀ ਵਾਇਰਲ ਹੋਈ ਸੀਗੀ ਜਿਹਦੇ ਵਿੱਚ ਪੁਨਰ ਜਨਮ ਦੀ ਗੱਲ ਹੋਈ। ਹਾਂਜੀ ਪੁਨਰ ਜਨਮ ਦੀ ਗੱਲ ਕਰ ਲਗੇ ਕਿਵੇਂ ਪਤਾ ਲੱਗਿਆ ਵੀ ਤੁਹਾਡਾ ਜਿਹੜਾ ਪੁਨਰ ਜਨਮ ਹੋਇਆ? ਮੈਨੂੰ ਜਦੋਂ ਸਕੂਲ ਭੇਜਣ ਲੱਗੇ ਸੀ 4.5 ਸਾਲ ਦੀ ਉਮਰ ਦੇ ਵਿੱਚ ਤਾਂ ਭੰਮੀਪੁਰਾ ਨਾਲ ਹੀ ਪਿੰਡ ਆ ਆਪਣੇ ਬਾਪੂ ਜੀ ਸਾਡੇ ਡਾਕਟਰ ਆ ਅਤੇ ਉੱਥੇ ਅਸੀਂ ਰਹਿੰਦੇ ਹੀ ਰਿਹਾ ਸੀ ਵੀ ਸਾਡੀ ਉੱਥੇ ਹੀ ਸੀਗੀ ਤਾਂ ਉੱਥੇ ਜਦੋਂ ਮੈਨੂੰ ਸਕੂਲ ਭੇਜਣ ਦੀ ਜੈਦ ਕਰਨ ਲੱਗੇ ਤਾਂ ਵੀ ਹੁਣ ਭੇਜਣਾ ਹੀ ਭੇਜਣਾ ਗਾ ਚਲੋ 6 ਮਹੀਨੇ ਤਾਂ ਪਹਿਲਾਂ ਪਿਆਰ ਨਾਲ ਵੀ ਕਹਿੰਦੇ ਰਹੇ ਫਿਰ ਇਹਨਾਂ ਨੇ ਕਿਹਾ ਵੀ ਹੁਣ ਇਹਨੇ ਤਾਂ ਲਾਉਣਾ ਤਾਂ ਹੈਗਾ ਹੀ ਆ ਸਕੂਲ ਤਾਂ ਫਿਰ ਮੈਂ ਧਰਤੀ 'ਚ ਸੈਰ ਮਾਰਿਆ ਆਪਦਾ ਅਤੇ ਮੈਂ ਕਿਹਾ ਵੀ ਮੈਂ ਤਾਂ ਵੀ ਫਿਰੋਜ਼ਪੁਰ ਮੈਨੂੰ ਲੈ ਕੇ ਜਾਓ ਪਹਿਲਾਂ ਵੀ ਜਿੱਥੇ ਮੈਂ ਪਿਛਲੇ ਜਨਮ 'ਚ ਸੀਗਾ ਅਤੇ ਫਿਰ ਉਹ ਤੋਂ ਬਾਅਦ 'ਚ ਮੈਂ ਸਕੂਲ ਜਾਊਂਗਾ ਪਹਿਲਾਂ ਮੈਨੂੰ ਮਿਲਾ ਕੇ ਲਿਆਓ ਅਤੇ ਉਸੇ ਕਲਾਸ 'ਚ ਹੀ ਲਾਓ ਜਿਹੜੀ ਕਲਾਸ 'ਚ ਮੈਂ ਪਹਿਲਾਂ ਉੱਥੇ ਪੜ੍ਹਦਾ ਸੀ। ਖਾਲਸਾ ਜੀ ਜੇ ਅਸੀਂ ਗੱਲ ਕਰ ਲਈਏ ਪੁਨਰ ਜਨਮ ਦੀ ਤੁਹਾਡਾ ਇਸ ਘਰ ਦੇ ਵਿੱਚ ਪੁਨਰ ਜਨਮ ਹੋਇਆ ਅਤੇ ਪਿਛਲੇ ਜਨਮ ਦੀ ਥੋੜ੍ਹੀ ਜਿਹੀ ਅਸੀਂ ਗੱਲ ਕਰ ਲਈਏ ਫਿਰੋਜ਼ਪੁਰ ਤੁਹਾਡਾ ਘਰ ਸੀਗਾ ਅਤੇ ਤੁਹਾਡੀ ਜਿਹੜੀ ਮੌਤ ਆ ਉਹ ਕਿਵੇਂ ਹੁੰਦੀ ਆ? ਉੱਥੇ ਮੇਰਾ ਐਕਸੀਡੈਂਟ ਹੋ ਗਿਆ ਸੀ ਜੀ ਮੀਂਹ ਬਹੁਤ ਜ਼ਿਆਦਾ ਜਦੋਂ ਤੇਜ਼ ਨਹੀਂ ਆਪਾਂ ਵੇਖਦੇ ਨੇ ਕਈ ਵਾਰੀ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਹੁੰਦਾ ਅਤੇ ਉਹਦੇ ਵਿੱਚ ਜਿਵੇਂ ਆਪਾਂ ਸਕੂਟੀ ਕਹਿ ਦਿੰਦੇ ਹਾਂ ਬਾਈਕ ਵੀ ਕਹਿ ਦਿੰਦੇ ਹਾਂ ਉਹ ਸਲਿੱਪ ਕਰ ਗਈ ਉਹ ਸਮੇਂ ਦੇ ਵਿੱਚ ਤਾਂ ਸਲਿੱਪ ਕਰਕੇ ਅਤੇ ਮੂਹਰੋਂ ਆ ਰਹੀ ਸੀ ਬੱਸ ਉਹਦੀ ਫੇਟ ਵੱਜੀ ਸਿਰ ਦੇ ਵਿੱਚ ਅਤੇ ਸੱਟ ਬਾਹਰ ਨਹੀਂ ਦਿਸ ਰਹੀ ਸੀ ਅੰਦਰੂਨੀ ਸੱਟ ਵੱਜ ਗਈ ਸੀ ਬਲੱਡ ਅੰਦਰ ਪੈਣ ਲੱਗ ਗਿਆ ਮੈਂ ਉੱਦਾਂ ਹੀ ਆਪ ਹੀ ਉੱਠ ਕੇ ਘਰੇ ਚਲਿਆ ਗਿਆ ਅਤੇ ਘਰੇ ਜਾ ਕੇ ਸਾਡੇ ਘਰੇ ਫੰਕਸ਼ਨ ਚੱਲੀ ਜਾਂਦਾ ਸੀ ਉਸ ਟਾਈਮ ਕੋਈ ਤਾਂ ਮੈਂ ਉੱਪਰ ਆਪਦਾ ਜਿਹੜਾ ਚੁਬਾਰੇ ਦੇ ਵਿੱਚ ਮੇਰਾ ਰੂਮ ਹੁੰਦਾ ਸੀ ਉੱਥੇ ਜਾ ਕੇ ਮੈਂ ਬਸ ਪੈ ਗਿਆ ਮੈਨੂੰ ਉਦੋਂ ਤੱਕ ਯਾਦ ਆ ਅਤੇ ਉਦੋਂ ਬਾਅਦ ਤਾਂ ਮੇਰੀ ਬਸ ਡੈਥ ਹੋ ਚੁੱਕੀ ਸੀ 5-10 ਮਿੰਟਾਂ ਦੇ ਅੰਦਰ ਅੰਦਰ ਕਿਉਂਕਿ ਉਹ ਬਲੱਡ ਅੰਦਰ ਪੈਣ ਲੱਗ ਗਿਆ ਸੀ ਇਹ ਕਾਰਨ ਬਣਿਆ ਸੀ। ਬਾਬਾ ਜੀ ਜੇ ਅਸੀਂ ਗੱਲ ਕਰ ਲਈਏ ਤੁਸੀਂ ਪਹਿਲਾਂ ਵੀ ਗੁਰਸਿੱਖ ਸੀ ਜਾਂ ਇਸ ਜਨਮ ਦੇ ਵਿੱਚ ਗੁਰਸਿੱਖ ਬਣੇ? ਚਲੋ ਹੁਣ ਤਾਂ ਮਹਾਰਾਜ ਦਾ ਹੀ ਬਾਣਾ ਬਾਣੀ ਨਾਲ ਆਪਾਂ ਵੱਧ ਜੁੜੇ ਹੋਏ ਹਾਂ
ਤੇ ਉੱਥੇ ਵੀ ਚਲੋ ਗੁਰਸਿੱਖੀ ਨਾਲ ਪਰਿਵਾਰ ਸਾਰੇ ਹੀ ਜੁੜਿਆ ਹੋਇਆ ਸੀ। ਪਹਿਲੇ ਦਿਨ ਉਹ ਗੁਰੂ ਘਰ ਵੀ ਜਾਂਦੇ ਸੀ, ਭਾਪਿਆਂ ਦੇ ਪਰਿਵਾਰ ਆਪਾਂ ਕਹਿ ਦਿੰਦੇ ਹੁੰਦੇ ਹਾਂ ਸ਼ਹਿਰਾਂ ਦੇ ਵਿੱਚ, ਉਹ ਪਰਿਵਾਰ ਨਾਲ ਰਿਲੇਟਡ ਸੀ, ਸਿੱਖੀ ਨਾਲ ਬਹੁਤ ਜੁੜੇ ਹੋਏ ਸੀ ਪਰ ਅੰਮ੍ਰਿਤਧਾਰੀ ਨਹੀਂ ਸੀਗੇ। ਤਾਂ ਚਲੋ ਪਹਿਲੇ ਦਿਨ ਹੀ ਗੁਰੂ ਘਰ ਨਾਲ ਤਾਂ ਜੁੜੇ ਹੋਏ ਸੀਗੇ, ਪਰ ਮਹਾਰਾਜ ਨੇ ਜਿਹੜੀ ਮਹਾਨ ਸੇਵਾ ਬਖਸ਼ਣੀ ਸੀ ਤਾਂ ਕਰਕੇ ਇੱਥੇ ਭੇਜਿਆ। ਮੈਂ ਤਾਂ ਇਹਨੂੰ ਚੰਗੇ ਭਾਗ ਹੀ ਸਮਝਦਾ। ਜੇ ਖਾਲਸਾ ਜੀ ਗੱਲ ਕਰ ਲਈਏ ਮੇਲ ਮਿਲਾਪ ਦੀ, ਫਿਰ ਅੱਜ ਕੱਲ੍ਹ ਵੀ ਪੁਰਾਣੇ ਪਰਿਵਾਰ ਦੇ ਨਾਲ ਤੁਹਾਡਾ ਮਿਲਾਪ ਹੁੰਦਾ, ਕਿਸ ਤਰ੍ਹਾਂ ਵਰਤਦੇ ਹੋ? ਹਾਂਜੀ ਬਿਲਕੁਲ, ਪਰਿਵਾਰ ਨੂੰ ਵੀ ਵਰਤਦੇ ਹਾਂ ਆਪਾਂ, ਅਜੇ ਵੀ ਉਹਨਾਂ ਨਾਲ ਭੈਣ ਆ ਮੇਰੇ ਅੰਮ੍ਰਿਤਸਰ ਸਾਹਿਬ ਵਿਆਹੇ ਹੋਏ ਆ, ਤਾਂ ਉਹਨਾਂ ਨਾਲ ਵੀ ਮੇਰਾ, ਉਹਨਾਂ ਨਾਲ ਤਾਂ ਪਹਿਲਾਂ ਵੀ ਬਹੁਤ ਜ਼ਿਆਦਾ ਪ੍ਰੇਮ ਸੀ ਅਤੇ ਹੁਣ ਵੀ। ਇੱਕ ਭਰਾ ਹੈਗਾ ਉਹ ਸਾਰਾ ਕਾਰੋਬਾਰ ਵੇਖਦਾ ਉੱਥੇ ਆਪਣੇ ਸ਼ੋਅਰੂਮ ਆ ਬੂਟਾਂ ਦੇ, ਅਤੇ ਮਾਤਾ ਪਿਤਾ ਨੂੰ ਵੀ ਮੇਰਾ ਉਨਾ ਹੀ ਪਿਆਰ ਆ। ਮਾਤਾ ਨੂੰ ਵੀ ਮੈਂ ਜਦੋਂ ਮੇਰਾ ਜੀ ਕਰੇ ਮਿਲ ਕੇ ਵੀ ਉਹਨਾਂ, ਹੁਣ ਸੇਵਾ ਦੇ ਵਿੱਚ ਸਮਾਂ ਨਹੀਂ ਲੱਗਦਾ ਇੰਨਾ, ਤੁਸੀਂ ਵੀ ਦੱਸਿਆ ਵੀ ਰਿਸ਼ਤੇਦਾਰਿਆਂ 'ਚ ਨਹੀਂ ਜਾਂਦੇ ਆਪਾਂ ਉੱਥੇ ਤਾਂ ਕੀ ਜਾਣਾ ਫਿਰ। ਅਤੇ ਫੋਨ 'ਤੇ ਗੱਲ ਜ਼ਰੂਰ ਹੁੰਦੀ ਰਹਿੰਦੀ ਹੈ, ਫੋਨ 'ਤੇ ਤਾਂ ਡੇਲੀ ਵਾਂਗੂ ਗੱਲ ਕਰੀਦੀ ਆ। ਪ੍ਰੇਮ ਆ ਜਿਹੜਾ ਉਹ ਰੂਹਾਂ ਦਾ ਆਪਾਂ ਕਹਿ ਲਈਏ ਉਹ ਉਵੇਂ ਬਰਕਰਾਰ ਆ ਹਜੇ ਵੀ, ਕਿਉਂਕਿ ਰੂਹਾਂ ਦੇ ਰਿਸ਼ਤੇ ਹੁੰਦੇ ਆ, ਇਹ ਨਹੀਂ ਮਿਟਦੇ। ਸਰੀਰ ਦੇ ਰਿਸ਼ਤੇ ਤਾਂ ਚਲੋ ਮਿਟ ਜਾਂਦੇ ਆ ਸਮਾਂ ਪਾ ਕੇ। ਸੋ ਖਾਲਸਾ ਜੀ ਅਰਸ਼ਦੀਪ ਨੇ ਸਾਡੇ ਨਾਲ, ਇਹਨਾਂ ਦੇ ਜਿਹੜੇ ਵੱਡੇ ਭਰਾ ਨੇ ਉਹ ਵੀ ਸਾਡੇ ਨਾਲ ਮੌਜੂਦ ਨੇ, ਗੱਲਬਾਤ ਥੋੜ੍ਹੀ ਜਿਹੀ ਅਸੀਂ ਉਹਨਾਂ ਨਾਲ ਵੀ ਕਰਾਂਗੇ। ਅਤੇ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਆਇਆਂ ਨੂੰ ਜੀ। ਅਰਸ਼ਦੀਪ ਖਾਲਸਾ ਜੀ ਨੇ ਇਹਨਾਂ ਦਾ ਜਿਹੜਾ ਪੁਨਰ ਜਨਮ ਹੋਇਆ, ਵੀਡੀਓ ਵੀ ਕਾਫੀ ਵਾਇਰਲ ਹੁੰਦੀ ਸੀ, ਇਹਨਾਂ ਵੱਲੋਂ ਲਗਾਤਾਰ ਇਹ ਗੱਲ ਕਹੀ ਜਾ ਰਹੀ ਸੀ ਵੀ ਮੈਂ ਫਰਸ਼ ਦੇ ਵਿੱਚ ਸਿਰ ਮਾਰਿਆ ਸੀ ਜਦੋਂ ਮੈਨੂੰ ਸਕੂਲ ਛੱਡ ਕੇ ਆਉਂਦੇ ਸੀ। ਅਤੇ ਫਿਰ ਤੁਹਾਨੂੰ ਕਿੱਦਾਂ ਯਕੀਨ ਹੋਇਆ ਕਿ ਪਹਿਲੇ ਦਿਨੋਂ ਹੀ ਯਕੀਨ ਹੋ ਗਿਆ ਸੀ ਜਾਂ ਬਾਅਦ ਦੇ ਵਿੱਚ ਯਕੀਨ ਹੋਇਆ ਕਿ ਵਾਕਿਆ ਦੇ ਵਿੱਚ ਇਹਨਾਂ ਦਾ ਪੁਨਰ ਜਨਮ ਹੋਇਆ? ਦੇਖੋ ਜੀ, ਸਾਨੂੰ ਪਹਿਲਾਂ ਤਾਂ ਯਕੀਨ ਬਿਲਕੁਲ ਨਹੀਂ ਹੋਇਆ, ਤੁਹਾਨੂੰ ਜਮ੍ਹਾਂ ਸੱਚ ਗੱਲ ਦੱਸਾਂਗੇ। ਸੱਚ ਲਈ ਆਪਾਂ ਹਮੇਸ਼ਾ ਭਾਵੇਂ ਆਪਾਂ ਨੂੰ ਜਾਣ ਵੀ ਦੇਣੀ ਪਵੇ ਅਸੀਂ ਤਿਆਰ ਹਾਂ ਵੀ ਝੂਠ ਆਪਾਂ ਬੋਲਣਾ ਕਰਮ ਨਹੀਂ ਜਿਹੜੇ ਬਾਣੇ 'ਚ ਆਪਾਂ ਰਹਿੰਦੇ ਹਾਂ। ਸਾਡੇ 'ਚੋਂ ਕਿਸੇ ਨੇ ਵੀ ਯਕੀਨ ਨਹੀਂ ਕੀਤਾ ਸੀ ਜਦੋਂ ਸਾਨੂੰ ਇਹਨੇ ਫਸਟ ਟਾਈਮ ਕਿਹਾ ਵਾ ਸਕੂਲ ਜਾਣ ਤੋਂ ਜਿੱਦ ਤੋਂ ਵੀ ਮੈਨੂੰ ਲਾਉਣਾ ਕਲਾਸ ਉੱਥੇ ਲਾਓ ਅਤੇ ਮੈਨੂੰ ਮਿਲਾ ਕੇ ਲਿਆਓ। ਸੀਗਾ ਵੀ ਸਕੂਲ ਜਾਣ ਮਾਰਾ ਕਹਿ ਰਿਹਾ ਏ, ਵੈਸੇ ਹੀ ਕੋਈ ਗੱਲਬਾਤ ਦਿਮਾਗ 'ਚ ਰਹਿ ਗਈ ਹੋਣੀ ਆ। ਅਤੇ ਜੇ ਇਹ ਲਗਾਤਾਰ ਕਹਿਣੋ ਹਟਿਆ ਨਹੀਂ, ਅਸੀਂ ਲਗਾਤਾਰ ਇੱਥੇ ਯਕੀਨ ਕੀਤਾ ਨਹੀਂ ਕਈ ਦਿਨ, ਜਿਵੇਂ ਆਪਾਂ ਕਿਸੇ ਨੂੰ ਵੀ ਯਕੀਨ ਨਹੀਂ ਆਉਂਦਾ ਅੱਜ ਕੱਲ੍ਹ ਵੀ ਇਸ ਗੱਲ 'ਤੇ ਕਿੰਤੂ ਹੁੰਦਾ ਉਹਨਾਂ ਦਾ ਵੀ ਕਸੂਰ ਨਹੀਂ, ਕਿਉਂ ਕਰਕੇ ਇਸ ਗੱਲ 'ਤੇ ਯਕੀਨ ਆਉਂਦਾ ਹੀ ਨਹੀਂ, ਵੈਸੇ ਗੱਲ ਹੀ ਇੰਨੀ ਅਸ਼ਚਰਜ ਆ, ਕਿਉਂ ਕਰਕੇ ਹਰੇਕ ਨਾਲ ਨਹੀਂ ਹੁੰਦੀ ਇਹ, ਇਹ ਕਿਤੇ ਕਿਤੇ ਗੱਲ ਮਹਾਰਾਜ ਦੀ ਕਿਰਪਾ ਨਾਲ ਕਲਾ ਵਰਤਦੀ ਆ। ਥੋੜ੍ਹੇ ਦਿਨ ਬਾਅਦ 'ਚ ਸਾਡੇ ਫਾਦਰ ਸਾਹਿਬ, ਉਹਨਾਂ ਦੇ ਫਰੈਂਡ ਸੀਗੇ ਡਾਕਟਰ ਜਰਨੈਲ ਸਿੰਘ ਜੀ, ਹੁਣ ਵੀ ਹੈਗੇ ਨੇ ਮਾਸਟਰ ਜੀ ਜਰਨੈਲ ਸਿੰਘ ਭੰਮੀਪੁਰਾ ਕਲਾਂ, ਜੇ ਆਪਾਂ ਚਾਹੀਏ ਆਪਾਂ ਹੁਣ ਵੀ ਉਹਨਾਂ ਨਾਲ ਵੀ ਇੰਟਰਵਿਊ ਕਰ ਵੀ ਸਕਦੇ ਹਾਂ। ਉਹਨਾਂ ਨੇ ਸਾਰਾ ਹਾਲਾਤ ਇਹ ਦੇਖੇ ਹੋਏ ਨੇ, ਮਾਸਟਰ ਜਰਨੈਲ ਸਿੰਘ ਉਹ ਆਪਣੇ ਘਰ ਆਉਂਦੇ ਹੁੰਦੇ ਸੀ ਅਤੇ ਅਰਸ਼ ਨਾ ਚਾਕ ਨਾਲ ਟੇਢਾ ਮੀਟਾ ਜਿਹਾ ਨਕਸ਼ਾ ਜਿਹਾ ਬਣਾਉਂਦਾ ਹੁੰਦਾ ਸੀ। ਕਹਿੰਦਾ ਹੁੰਦਾ ਸੀ ਵੀ ਕੈਂਟ ਵਿੱਚ ਨਿੰਮ ਵਾਲਾ ਚੌਂਕ ਆ ਅਤੇ ਥੋੜ੍ਹੀ ਜਿਹੀ ਦੂਰੀ 'ਤੇ ਜਾ ਕੇ ਖੱਬੀ ਸਾਈਡ ਸਾਡਾ ਘਰ ਆ। ਉਹਨਾਂ ਨੇ ਜਦੋਂ ਇਹਨੂੰ ਵੇਖਿਆ ਨਾ ਐਂ ਕਰਦੇ ਨੂੰ, ਉਹ ਕਹਿੰਦੇ ਵੀ ਨਿੰਮ ਵਾਲਾ ਚੌਂਕ ਸੱਚੀ ਹੈਗਾ ਉੱਥੇ, ਅਤੇ ਵੀ ਤੁਸੀਂ ਇਗਨੋਰ ਨਾ ਕਰੋ, ਆਪਾਂ ਲੈ ਕੇ ਚੱਲੀਏ ਅਰਸ਼ਦੀਪ ਨੂੰ ਵੀ ਜੇ ਸੱਚ ਹੋਇਆ ਤਾਂ ਠੀਕ ਆ, ਜੇ ਗੱਲ ਝੂਠੀ ਹੋਈ ਤਾਂ ਆਪਾਂ ਨੂੰ ਫਿਰ ਇਹਨੂੰ ਅਸੀਂ ਪਹਿਲਾਂ ਕਹਿੰਦਾ ਵੀ ਜੇ ਗੱਲ ਝੂਠੀ ਹੋਈ ਫਿਰ ਸਕੂਲ ਲਾ ਦੇਣਾ ਤੈਨੂੰ ਅਸੀਂ ਆਉਣ ਸਾਰ, ਅਤੇ ਇਹ ਕਹਿੰਦਾ ਵੀ ਠੀਕ ਆ ਮੈਨੂੰ ਮਨਜ਼ੂਰ ਆ। ਅਤੇ ਅਸੀਂ ਸਾਰੇ ਚਲੇ ਗਏ, ਲੈ ਕੇ ਚਲੇ ਗਏ ਸਾਰੇ ਉੱਥੇ ਗਏ। ਅਤੇ ਕੁਦਰਤ ਜਦੋਂ ਅਸੀਂ ਬੱਸ 'ਤੇ ਉੱਤਰ ਕੇ ਅਸੀਂ ਜਾ ਰਹੇ ਸੀ ਤਾਂ ਨਾ ਉਹ ਜਗ੍ਹਾ ਉਹ ਆ ਗਈ ਜਿੱਥੇ ਇਹਦਾ ਐਕਸੀਡੈਂਟ ਹੋਇਆ ਸੀ ਮੀਂਹ ਦੇ ਵਿੱਚ, ਜਿਹੜੀ ਤੁਹਾਨੂੰ ਹੁਣ ਦੱਸੀ ਅਰਸ਼ ਨੇ ਗੱਲ। ਜਦੋਂ ਉਹ ਜਗ੍ਹਾ 'ਤੇ ਆਏ ਤਾਂ ਨਾ ਉੱਥੇ ਜਾ ਕੇ ਸਹਿਮ ਗਿਆ, ਡਰ ਗਿਆ ਅਰਸ਼ ਪੂਰਾ, ਅਤੇ ਬੇਹੋਸ਼ ਉਹਦੇ ਹਾਲ 'ਚ ਡਿੱਗ ਪਿਆ ਥੱਲੇ, ਐ ਲੇਟ ਗਿਆ ਉਹੀ ਜਗ੍ਹਾ ਦੇ ਉੱਪਰ, ਐਂ ਸੜਕ 'ਤੇ ਵਿਚਾਲੀ ਲੇਟ ਗਿਆ। ਸਾਡੇ ਸਾਰੇ ਘਰ ਦੇ ਡਰ ਗਏ ਵੀ ਬੱਚੇ ਨੂੰ ਕੁਛ ਹੋ ਨਾ ਜਾਵੇ, ਹੁਣ ਦੇਖ ਲਓ 4.5 ਸਾਲ ਦਾ ਤਾਂ ਸੀਗਾ, ਡਰਨਾ ਤਾਂ ਸੀਗਾ ਹੀ ਸਾਰਿਆਂ ਨੇ, ਮਾਂ ਪਿਓ ਡਰ ਗਏ ਵੀ ਕੋਈ ਗੱਲ ਨਾ ਹੋ ਜਾਵੇ ਇਹਨਾਂ ਨੂੰ ਹੋਣੀ। ਅਸੀਂ ਉਦੋਂ ਬਾਅਦ 'ਚ ਆਉਣ ਦਾ ਫੈਸਲਾ ਬਣਾ ਲਿਆ ਵੀ ਅੱਜ ਤਾਂ ਅਸੀਂ ਵਾਪਸ ਜਾਣਾ ਪਿੰਡ, ਪਰ ਅਸੀਂ ਪਹਿਲਾਂ ਉੱਥੇ ਲਿਖਾ ਤਾ ਵੀ ਇਸ ਤਰ੍ਹਾਂ ਸੰਨੀ ਭੰਡਾਰੀ ਨਾਮ ਦੱਸਦਾ, ਅਮਰੀਕ ਬੂਟ ਹਾਊਸ ਇਹਨਾਂ ਨੇ ਦੱਸਿਆ, ਆਪਣੇ ਮਾਂ ਪਿਤਾ ਦਾ ਨਾਮ ਜਸਵਿੰਦਰ ਸਿੰਘ, ਮਾਤਾ ਦਾ ਨਾਮ ਭੈਣ ਦਾ ਅਤੇ ਭਰਾ ਦਾ ਨਾਮ ਦੱਸਦਾ, ਇੱਥੇ ਘਰ ਦੱਸਦਾ, ਜੇ ਕੋਈ ਹੋਇਆ ਤਾਂ ਸਾਡੇ ਨਾਲ ਸੰਪਰਕ ਕਰੋ। ਉਦੋਂ ਲੈਂਡਲਾਈਨ ਨੰਬਰ ਹੁੰਦੇ ਸੀ, ਅਸੀਂ ਅਜੇ ਲਿਖਾ ਕੇ ਤੁਰੇ ਸੀ ਉੱਥੋਂ, ਅਤੇ ਉਹਨਾਂ ਦੇ ਫੋਨ ਆਉਣੇ ਸ਼ੁਰੂ ਵੀ ਹੋ ਗਏ ਵੀ ਸਾਡਾ ਪੁੱਤ ਸੀਗਾ ਸਨੀ ਅਤੇ ਉਹ ਆਈ ਉਹਨੇ ਸਰੀਰ ਛੱਡਿਆ ਅਤੇ ਆਈ ਉਹਦੀ ਡੈਥ ਹੋਈ ਆ, ਮੈਂ ਹੀ ਉਹਦਾ ਫਾਦਰ ਸਾਹਿਬ ਬੋਲ ਰਿਹਾ ਹਾਂ। ਉਹਨੇ ਫੋਨ 'ਤੇ ਗੱਲ ਕੀਤੀ ਜਦੋਂ, ਅਤੇ ਫਿਰ ਅਗਲੇ ਦਿਨ ਵਾਪਸ ਆਪਾਂ ਦੁਬਾਰੇ ਗਏ ਫਿਰੋਜ਼ਪੁਰ ਦੇ ਵਿੱਚ, ਫਿਰ ਉੱਥੇ ਨਿੰਮ ਵਾਲੇ ਚੌਂਕ ਵਿੱਚ ਫਿਰ ਸਾਰਾ ਸ਼ਹਿਰ ਹੀ ਦੇਖਣ ਆਇਆ ਸੀ। ਆਜ ਤੱਕ 'ਤੇ ਸਟਾਰ ਨਿਊਜ਼ ਚੈਨਲ 'ਤੇ ਸਾਰੀ ਕਵਰੇਜ ਹੋਈ ਆ। ਇੱਕ ਗੱਲ ਮੈਂ ਤੁਹਾਨੂੰ ਗੱਲ ਦੇ ਵਿੱਚ ਕਹਿਣੀ ਚਾਹੂੰਗਾ, ਜਿਵੇਂ ਹੁਣ ਆਪਾਂ ਇਹ ਗੱਲ ਕਰ ਰਹੇ ਹਾਂ ਨਾ, ਕਈਆਂ ਨੂੰ ਲੱਗਦਾ ਹੋਣਾ ਕਿਤੇ ਵੈਸੀ ਫੇਮ ਲੈਣ ਦੇ ਮਾਰੇ ਜਾਂ ਚਰਚਾ 'ਚ ਆਉਣ ਮਾਰੇ ਨਾ ਗੱਲ ਕਰਦੇ ਹੋਣ, ਇਸ ਲਈ ਮੈਂ ਬੇਨਤੀ ਕਰਦਾ ਕੋਈ ਸਾਨੂੰ ਫੇਮ ਦੀ ਲੋੜ ਨਹੀਂ, ਕੋਈ ਸਾਨੂੰ ਚਰਚਾ ਦੀ ਲੋੜ ਨਹੀਂ, ਸਾਨੂੰ ਸਤਿਗੁਰ ਨੇ ਐਡੀ ਮਹਾਨ ਸੇਵਾ ਦਿੱਤੀ ਆ, ਸਾਡੇ ਤਾਂ ਇਹ ਸਾਡੇ ਸ਼ੌਂਕ ਸ਼ੌਂਕ ਤਾਂ ਮਿਟ ਗਏ, ਤਾਂ ਗੁਰੂ ਨੂੰ ਸਮਰਪਿਤ ਹੋ ਕੇ ਤੁਰੇ ਹਾਂ, ਗੁਰੂ ਦੀਆਂ ਖੁਸ਼ੀਆਂ ਮਿਲ ਜਾਣ ਇੰਨਾ ਹੀ ਬੜਾ ਸਾਨੂੰ। ਚਰਚਾ
बस अकाल पुरख की रजा सी भी समा आना सी भी उद्दे जो ये आप कितों भी वेरीफाई कर सकते हैं जिमें हम वीर भी आए या जिमें ये भी जिम्मेदारी इंटरव्यू कर रहे हैं ना अं नहीं भी थोड़ा झूठी असी जानकारी दे रहे हैं तुम फिरोजपुर जाके भी जो मर्जी पता कर सकते हो 92570-6001 9257060001 ये नंबर आ साडा संपर्क कर सकते हो पूरी एक तरह वेरीफाई करो फिर तुम आपका जो मर्जी विचार दे दो तुहाडी मर्जी आ सब नू बोलण दा हक आ उदों बाद जदों फिर असी उत्थे नहमाले चौंक दे विच सारे आए पिछे आ गए सारा शहर आया सी उदों ਉਹ ਕਰਕੇ ਤਕੜੇ ਘਰ ਦਾ ਸੀ ਮੁੰਡਾ ਇਹ ਕਹਿੰਦੇ ਸੀ ਵੀ ਉਹ ਸਣੀ ਮੁੰਡਾ ਜਿਹੜਾ ਮਤਲਬ ਆਇਆ ਹੋਇਆ ਸੀ ਵੀ ਉਹ ਆਇਆ ਵਾ ਅਤੇ ਆਪਾਂ ਦੇਖਣ ਜਾਣਾ ਸਾਰਾ ਸ਼ਹਿਰ ਆਇਆ ਹੋਇਆ ਸੀ ਸਾਰੇ ਪਿੱਛੇ ਖੜ ਕੇ ਇਹਨੂੰ ਮਤਲਬ ਕੁਛ ਲੋਕਾਂ ਨੇ ਟੀਚਰ ਨਾਲ ਕਿਹਾ ਵੀ ਹੁਣ ਚੱਲ ਫਿਰ ਸਣੀ ਆਪਦੇ ਘਰੇ ਜਿਹਾ ਦਿਖਾ ਕਿੱਥੇ ਆ ਤੇਰਾ ਘਰ ਮੈਂ ਦੇਖਿਆ ਅੱਖੀਂ ਸਾਰਾ ਕੁਛ ਅਤੇ ਇਹ ਕਹਿੰਦਾ ਆ ਜਾਓ ਫਿਰ ਦਿਖਾ ਦਿੰਦੇ ਹਾਂ ਇਹ ਵੀ ਪੂਰਾ ਹੱਸ ਕੇ ਗੱਲ ਇਹ ਪਹਿਲਾਂ ਵੀ ਮਖੌਲੀਆ ਹੁੰਦਾ ਸੀ ਉੱਥੇ ਹੁਣ ਤਾਂ ਜ਼ਿਆਦਾ ਇਹ ਚੁੱਪ ਹੀ ਰਹਿੰਦਾ ਅਤੇ ਸੇਵਾ 'ਚ ਹੀ ਰਹਿੰਦਾ ਪਹਿਲਾਂ ਵਾਲੇ ਜਨਮ ਵਾਲੇ ਇਹਦੇ ਯਾਰ ਵੇਲੇ ਦੱਸਦੇ ਵੀ ਉਦੋਂ ਇਹ ਮਖੌਲੀਆ ਹੁੰਦਾ ਸੀਗਾ ਇਹ ਹੱਸ ਕੇ ਐਂ ਟਿਚਰ ਟੁਚਰ ਕਰਦਾ ਰਹਿੰਦਾ ਸੀ ਉਵੇਂ ਉਹਨੂੰ ਟਿਚਰ ਕੀਤੇ ਇਹਨੇ ਕਹਿੰਦਾ ਆ ਜਾ ਮੈਂ ਲੈ ਚੱਲਦਾ ਇਹ ਮੂਹਰੇ ਮੂਹਰੇ ਤੁਰੇ ਅਸੀਂ ਸਾਰਾ ਸ਼ਹਿਰ ਇਹਦੇ ਪਿੱਛੇ ਪਿੱਛੇ ਤੁਰੇ ਜਾਈਏ ਉਵੇਂ ਜਾ ਕੇ ਜਿਵੇਂ ਸਾਨੂੰ ਦੱਸਦਾ ਨਹਿਮ ਵਾਲੇ ਚੌਂਕ ਤੋਂ ਗਾਂਹ ਲੈਫਟ ਮੁੜ ਕੇ ਰਸਤੇ 'ਚ ਆਪਦੇ ਯਾਰਾਂ ਬੇਲੀਆਂ ਨੂੰ ਜਿਹੜੇ ਘਰ ਹੁੰਦੇ ਸੀ ਉਹਨਾਂ ਨੂੰ ਮਿਲ ਦੱਸਦਾ ਜਾਵੇ ਹੋਰ ਠੀਕ ਹਾਂ ਤੂੰ ਵੀਰੇ ਹੋਰ ਮਾਤਾ ਤੂੰ ਠੀਕ ਹਾਂ ਇਹ ਮਿਲਦਾ ਹੀ ਜਾਵੇ ਐਂਡ 'ਤੇ ਜਾ ਕੇ ਆਪਦੇ ਘਰਾਂ ਮੂਹਰੇ ਖੜ ਗਿਆ ਜਿੱਥੇ ਇਹਨਾਂ ਦਾ ਘਰ ਸੀ ਆਪਾਂ ਦਾਦੀ ਕਹਿ ਦਿੰਦੇ ਹਾਂ ਇਹ ਝਾਈ ਕਹਿ ਦਿੰਦੇ ਆ ਪਿੰਡ ਪਾਪਿਆਂ ਦੇ ਪਰਿਵਾਰਾਂ 'ਚ ਇਹ ਆਪਦੀ ਝਾਈ ਨੂੰ ਦੇਖ ਕੇ ਕਹਿੰਦਾ ਵੀ ਝਾਈ ਤੁਸੀਂ ਗੇਟਾਂ ਦਾ ਜਿਹੜਾ ਮੇਰਾ ਫੇਵਰਟ ਕਲਰ ਸੀ ਉਹ ਬਦਲਤਾ ਇਸ ਤਰ੍ਹਾਂ ਬਲਿਊ ਤੋਂ ਹੁਣ ਤੁਸੀਂ ਇਹ ਕਰਤਾ ਇਹਦੀ ਦਾਦੀ ਤੈਨੂੰ ਦੇਖਣ ਸਾਰ ਹੀ ਸਮਝ ਗਈ ਸੀ ਕਿਉਂ ਕਰਕੇ ਤੁਹਾਡਾ ਚਿਹਰਾ ਮੋਹਰਾ ਸੀ ਨਾ ਉਹ ਜਮ੍ਹਾਂ ਹੀ ਪਹਿਲਾਂ ਮਿਲਦਾ ਵਾ ਗੱਡੀ 'ਚ ਲਿਆਈ ਆਪਾਂ ਦਿਖਾਉਂਦੇ ਤੁਹਾਨੂੰ ਦਿਖਾ ਵੀ ਦਿੰਦੇ ਹਾਂ ਅਸੀਂ ਉਸ ਟਾਈਮ ਨਾ ਮੈਗਜ਼ੀਨ 'ਤੇ ਛਪੀ ਸੀ ਸਾਰੀ ਖਬਰ ਇਹ ਅਤੇ ਉਹਦੀ ਸ਼ਕਲ ਸੀ ਨਾ ਉਹ ਪਹਿਲਾਂ ਨਾਲ ਜ਼ਿਆਦਾ ਮਿਲਦੀ ਸੀ ਹੁਣ ਨਾਲੋਂ ਅਤੇ ਉਹ ਤੈਨੂੰ ਦੇਖਣ ਸਾਰ ਹੀ ਪਹਿਚਾਣ ਗਈ ਸੀ ਵੀ ਸਾਡਾ ਸਨੀ ਵਾਪਸ ਆ ਗਿਆ ਫਿਰ ਜਾ ਕੇ ਆਪਦੀ ਦਾਦੀ ਨੂੰ ਇਹ ਬਹੁਤ ਘੁੱਟ ਕੇ ਮਿਲਿਆ ਰੋਈ ਗਿਆ ਵਿਰਾਗ ਕਰੀ ਗਿਆ ਬਹੁਤ ਟਾਈਮ ਅਤੇ ਉਸ ਤੋਂ ਬਾਅਦ ਫਿਰ ਇਹ ਆਪਦੇ ਕਮਰੇ 'ਚ ਲੈ ਗਿਆ ਜਿੱਥੇ ਜਾ ਕੇ ਤੁਹਾਨੂੰ ਇਹਨੇ ਦੱਸਿਆ ਵੀ ਮੇਰੀ ਡੈਥ ਹੋਈ ਸੀ ਉਸ ਟਾਈਮ ਆਹ ਜੋ ਸਾਡੇ ਕੋਲ ਜਿੰਨੇ ਕੁ ਪਰੂਫ ਨੇ ਨਾ ਇੱਕ ਤਾਂ ਆਹ ਕਿਤਾਬ ਛਪੀ ਸੀ ਮੰਨੋ ਭਾਵੇਂ ਨਾ ਮੰਨੋ ਮੌਤ ਤੋਂ ਬਾਅਦ ਸੱਚ ਇਹਦੇ ਵਿੱਚ ਆਹ ਇਹਦੀ ਫੋਟੋ ਆ ਅਰਸ਼ਦੀਪ ਦੀ ਆਹ ਜਿਹੜੀ ਨੇ ਉੱਥੇ ਜਾ ਕੇ ਆਪ ਕਲਿੱਕ ਕੀਤੀ ਸੀ ਦੱਸਿਆ ਸੀ ਵੀ ਮੇਰੀ ਫੋਟੋ ਆ ਆਹ ਸ਼ਕਲਾਂ ਤੋਂ ਉਹਨੇ ਤੁਸੀਂ ਆਪ ਵੀ ਦੇਖ ਸਕਦੇ ਹੋ ਨਾ ਆਹ ਸਾਡੇ ਚਲੋ ਹੋਣ ਵਾਲੇ ਪਰਿਵਾਰ ਦੀ ਆ ਲੇਖਕ ਨੇ ਹਰਬੰਤ ਸਿੰਘ ਇਹਨਾਂ ਦਾ ਮਿਲਣ ਦਾ ਪਤਾ ਸ਼੍ਰੀ ਗੁਰੂ ਤੇਗ ਬਹਾਦਰ ਗੁਰਮਤ ਸਭਾ HA 379 ਪੰਜਾਬ ਆਸੁਕ ਬੋਰਡ ਭਾਈ ਰਣਧੀਰ ਸਿੰਘ ਨਗਰ ਲੁਧਿਆਣਾ ਇਹ ਆਪਾਂ ਜੇ ਕਿਸੇ ਨੇ ਲੈਣੀ ਹੋਵੇ ਕਿਤਾਬ ਹੋਰ ਹੈ ਨਾ ਆਹ ਦੇਖੋ ਇਹਦੇ ਵਿੱਚ ਉਹ ਇਕੱਲੇ ਇਕੱਲੇ ਉਹ ਕਰੈਕਟਰ ਦੱਸੇ ਹੋਏ ਆ ਜਿਹਨਾਂ ਨਾਲ ਵਾਕਈ ਇਹ ਚੀਜ਼ਾਂ ਹੋਈਆਂ ਹੋਈਆਂ ਜਿਵੇਂ ਇਹਦੇ ਵਿੱਚ ਅਰਸ਼ਦੀਪ ਦੀ ਹੈਗੀ ਆ ਦੇ 8 ਨੰਬਰ 'ਤੇ ਅਰਸ਼ਦੀਪ ਸਿੰਘ ਬੱਚਾ ਜੋ ਪਹਿਲੇ ਜਨਮ ਬਾਰੇ ਦੱਸਦਾ ਹੈ 33 ਸਫ਼ੇ 'ਤੇ ਆਹ ਛੱਪੀ ਸੀ ਮਹਾਂਨਗਰ ਕਹਾਣੀਆਂ 3 ਮਈ 2002 ਆ ਉੱਥੇ ਜਾ ਕੇ ਜਿਹੜੀ ਫੋਟੋ ਇਹਨੇ ਲਿਖਿਆ ਅਰਸ਼ਦੀਪ ਕਾ ਡਬਲ ਰੋਲ ਇਹਦੇ 'ਤੇ ਉਹ ਸਾਰੀ ਗੱਲਬਾਤ ਉਹਨਾਂ ਨੇ ਦੱਸੀ ਹੋਈ ਆ ਉਦੋਂ ਦੀ ਆਹ ਦੇਖੋ ਆਹ ਫੋਟੋ ਆ ਗਈ ਆਹ ਹੁਣ ਵਾਲੀ ਆ ਨਾ ਮਾਤਾ ਬਾਪੂ ਦੀ ਸਾਡਿਆਂ ਦੀ ਭੰਮੀ ਪੁਰੇ ਸੀ ਅਸੀਂ ਉਦੋਂ ਉੱਥੋਂ ਦੀ ਆ ਆਹ ਇਹਦੇ ਉੱਥੋਂ ਵਾਲੇ ਮਾਤਾ ਜੀ ਆ ਫਿਰੋਜ਼ਪੁਰ ਵਾਲੇ ਆਹ ਅਰਸ਼ਾਪ ਆ ਹਾਂ ਜੀ ਤੁਹਾਨੂੰ ਹੋਰ ਦਿਖਾਉਂਦਾ ਆਹ ਇਹਦੀ ਇੱਕ ਹੋਰ ਲੋਜੀਕਲੀ ਗੱਲ ਜੀ ਆ ਵੀਰੇ ਵੀ ਇਹਨਾਂ ਨੇ ਕੇਸ ਕਤਲ ਕਰਾਤੇ ਸੀ ਪਹਿਲੇ ਜਨਮ 'ਚ ਉਦੋਂ ਥੋੜ੍ਹੇ 7 ਦਿਨ ਜਿਵੇਂ ਥੋੜ੍ਹੇ ਦਿਨਾਂ ਬਾਅਦ 'ਚ ਸਰੀਰ ਛੱਡ ਗਿਆ ਸੀ ਐਂਡ ਵਾਲੀ ਫੋਟੋ ਹੈ ਇਹਦੀ ਪਿਛਲੇ ਜਨਮ ਦੀ ਐਂਡ ਵਾਲੀ ਨਹੀਂ ਤਾਂ ਇਹਦੇ ਕੇਸ ਹੁੰਦੇ ਸੀਗੇ ਇੱਥੋਂ ਇਹਨੇ ਕੇਸ ਕਤਲ ਕਰਾ ਕੇ ਆ ਫੋਟੋ ਖਿਚਾਈ ਸੀ ਬਸ ਥੋੜ੍ਹੇ ਦਿਨ ਬਾਅਦ 'ਚ ਹੀ ਸਰੀਰ ਛੱਡ ਗਿਆ ਸੀ ਆਹ ਸਾਰਾ ਪਰਿਵਾਰ ਬੈਠਾ ਫੈਮਿਲੀ ਇਹਨਾਂ ਦੀ ਆਹ ਤੁਸੀਂ ਦੇਖੋ ਆ ਤੁਹਾਨੂੰ ਐਂ ਲੱਗੂ ਵੀ ਦੋਨੇ ਭਰਾ ਹੀ ਬੈਠੇ ਆ ਆਹ ਦਮਨ ਹੁਣ ਚਲੋ ਵੱਡਾ ਹੋ ਗਿਆ ਪਹਿਲਾਂ ਛੋਟਾ ਹੁੰਦਾ ਸੀ ਆਹ ਇਹਦੇ ਬਾਪੂ ਜੀ ਫਾਦਰ ਸਾਹਿਬ ਨੇ ਆਹ ਇਹਦੇ ਮਾਤਾ ਜੀ ਨੇ ਆਰ ਸ਼ਾਪ ਬੈਠਾ ਇਹ ਪਹਿਲੇ ਉੱਥੋਂ ਵਾਲੇ ਨੇ ਫਿਰੋਜ਼ਪੁਰ ਵਾਲੀ ਫੈਮਿਲੀ ਅਤੇ ਆਹ ਆਪਾਂ ਜਿਹੜੀ ਇਹਦੀ ਆਪਾਂ ਝਾਈ ਦੀ ਗੱਲ ਕਰਦੇ ਹਾਂ ਆਹ ਇਹ ਦਾਦੀ ਇਹ ਉਸ ਟਾਈਮ ਦੀਆਂ ਤੁਹਾਨੂੰ ਮੈਂ ਤਾਂ ਦਿਖਾਈਆਂ ਵੀ ਜਿੰਨੇ ਕੁ ਸਾਡੇ ਕੋਲ ਪਏ ਨੇ ਵੀ ਇਸ ਤਰ੍ਹਾਂ ਅਸੀਂ ਉੱਥੇ ਗਏ ਫਿਰ ਅਰਸ਼ਦੀਪ ਚੁਆਰੇ 'ਚ ਗਏ ਨੇ ਆਪਦੇ ਇਕੱਲੇ ਇਕੱਲੇ ਜਿਹੜੇ ਯਾਰ ਬੇਲੀ ਸੀ ਉਹਨਾਂ ਨੂੰ ਵੀ ਵੈਰੀਫਾਈ ਕੀਤਾ ਜਿਹੜਾ ਇਹਨਾਂ ਦਾ ਸਾਨੂੰ ਕਹਿੰਦਾ ਸੀ ਨਾ ਅਮਰੀਕ ਬੂਟ ਹਾਊਸ ਆ ਫਿਰ ਸਾਨੂੰ ਉੱਥੇ ਲੈ ਕੇ ਗਿਆ ਸਾਰਾ ਇਹਨੇ ਵੈਰੀਫਾਈ ਕਰਾਇਆ ਇੱਕ ਚੀਜ਼ ਨਹੀਂ ਫਿਰ ਇਹਨਾਂ ਇੱਕ ਆਂਟੀ ਤੋਂ ਗੋਲ ਗੱਪੇ ਹੁਣ ਵੀ ਇਹਦੇ ਫੇਵਰੇਟ ਗੋਲ ਗੱਪੇ ਹੀ ਆ ਇਹ ਪਿਛਲੇ ਜਨਮ ਦੇ ਵਿੱਚ ਵੀ ਗੋਲ ਗੱਪੇ ਆਂਟੀ ਤੋਂ ਛਕਦਾ ਹੁੰਦਾ ਸੀ ਹੁਣ ਤਾਂ ਇਹ ਵੀ ਚੜ੍ਹਾਈ ਕੱਢ ਗਏ ਸ਼ਾਇਦ ਅਤੇ ਉਹਨਾਂ ਕੋਲ ਗਿਆ ਉਵੇਂ ਉਹਨਾਂ ਨੂੰ ਮਿਲਿਆ ਜਿਵੇਂ ਪਹਿਲਾਂ ਮਿਲਦਾ ਹੁੰਦਾ ਸੀ ਉਵੇਂ ਉਹਨਾਂ ਤੋਂ ਗੋਲ ਗੱਪੇ ਛਕੇ ਅਤੇ ਉਹਨੂੰ ਵੀ ਵੈਰੀਫਾਈ ਕੀਤਾ ਕਹਿੰਦਾ ਤੈਨੂੰ ਮੈਂ ਬਹੁਤ ਮਿਸ ਕੀਤਾ ਉਹ ਆਂਟੀ ਨੂੰ ਕਿਹਾ ਜਾ ਉਹ ਵੀ ਇਹਦਾ ਬਹੁਤ ਕਰਦੀ ਸੀ ਮਾਂ ਵਾਂਗੂ ਹੈ ਨਾ ਉਹਦੇ ਕੋਲ ਵੀ ਲੈ ਕੇ ਗਿਆ ਸਾਰੇ ਆਪਦੇ ਤਾਏ ਚਾਚੇ ਮਾਮੇ ਵੈਰੀਫਾਈ ਕਰਾਏ ਅਤੇ ਹੁਣ ਅਸੀਂ ਪਰਿਵਾਰ ਵਾਂਗੂ ਵਿਚਰਦੇ ਹਾਂ
ਸਾਡੇ ਨਾਲ ਚਲੇ ਜਾਓ। ਵੈਸੇ ਅਸੀਂ ਚਾਹੁੰਦੇ ਨਹੀਂ ਹੁੰਦੇ ਵੀ ਉਹ ਪਰਿਵਾਰ ਨੂੰ ਵੀ ਜ਼ਿਆਦਾ ਕਿਉਂ ਆਪਾਂ ਕਹਿਣਾ, ਪਰ ਤੁਹਾਨੂੰ ਜੇ ਕਿਸੇ ਨੂੰ ਵੀ ਸ਼ੰਕਾ ਹੋਵੇ ਆਪਾਂ ਜਾ ਕੇ ਫਿਰੋਜ਼ਪੁਰ ਉਹਨਾਂ ਨੂੰ ਮਿਲ ਸਕਦੇ ਹਾਂ, ਤੁਹਾਨੂੰ ਮਿਲਵਾ ਵੀ ਸਕਦੇ ਹਾਂ ਇਕੱਲੇ ਇਕੱਲੇ ਮੈਂਬਰ ਨਾਲ। ਅਜੇ ਸਾਰੇ ਹੈਗੇ ਆ, ਇਹਦੇ ਇਕੱਲੇ ਦਾਦੀ ਚੜ੍ਹਾਈ ਕੱਢੇ ਆ, ਬਾਕੀ ਸਾਰੇ ਹਜੇ ਤੱਕ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਜਿਉਂਦੇ ਜਾਗਦੇ ਆ। ਜਦੋਂ ਮਰਜ਼ੀ ਆ ਕੇ ਤੁਸੀਂ ਮਿਲੋ, ਕੋਈ ਝੂਠੀ ਗੱਲ ਨਹੀਂ, ਇਹ ਕਲਾ ਮਹਾਰਾਜ ਦੀ ਵਰਤ ਸਕਦੀ ਆ। ਸੋ ਖਾਲਸਾ ਜੀ, ਅਰਸ਼ਦੀਪ ਦੇ ਅਸੀਂ ਪੁਨਰ ਜਨਮ ਬਾਰੇ ਜਿਹੜੀ ਗੱਲ ਕਰ ਰਹੇ ਹਾਂ, ਅਰਸ਼ਦੀਪ ਦੀ ਮੌਤ ਕਿਹੜੇ ਸੰਨ ਦੇ ਵਿੱਚ ਹੁੰਦੀ ਹੈ ਅਤੇ ਜਿਹੜਾ ਪੁਨਰ ਜਨਮ ਹੈ ਉਹ ਕਿਹੜੇ ਸੰਨ ਦੇ ਵਿੱਚ ਹੁੰਦਾ? ਤਕਰੀਬਨ 1997 ਹੀ ਸੰਨ ਸੀਗਾ ਅਰਸ਼ ਦਾ, ਅਤੇ ਸ਼ਾਇਦ 23 ਤਰੀਕ ਸੀ, ਜਿੱਦੇ 22 ਤਰੀਕ ਮਾਤਾ 22 ਤਰੀਕ ਦੇ ਵਿੱਚ ਸੀਗਾ ਜਿੱਦੇ ਅਰਸ਼ ਦੀ ਡੈਥ ਹੋ ਰਹੀ ਆ 1997 ਦੇ ਵਿੱਚ, ਅਤੇ ਉਸੇ ਥੋੜ੍ਹੇ ਜਿਵੇਂ 7 ਦਿਨ ਹੀ ਲੰਘੇ ਵਿੱਚ, ਅਤੇ 29 ਤਰੀਕ ਨੂੰ ਸਾਡੇ ਮੋਗੇ ਜਨਮ ਹੋਇਆ ਦੋਨਾਂ ਦੇ। ਸੋਢੀ ਹੋਸਪਿਟਲ ਸੀ ਮਾਤਾ ਜੀ, ਸੋਢੀ ਹੋਸਪਿਟਲ ਸਾਡੇ ਦੋਨਾਂ ਦੇ ਜਨਮ ਉੱਥੇ ਹੋਏ ਆ, ਅਤੇ 29 ਅਗਸਤ ਨੂੰ ਬਾਬਾ 8 ਵਜੇ ਜਨਮ ਲੈ ਲੈਂਦਾ ਆਪਣੇ, ਅਤੇ ਜਦੋਂ ਇਹਦਾ ਜਨਮ ਹੋਇਆ, ਜਨਮ ਲੈਣ ਤੋਂ ਹੀ ਇੱਕ ਆਪਾਂ ਸਕੂਲ ਜਾਣ ਤੋਂ ਬਚਨ ਹੋਇਆ ਸੀ ਨਾ ਇਹਦੇ ਨਾਲ, ਇਹਨੇ ਕਹੀ ਜੀ ਵੀ ਜੇ ਗੱਲ ਸੱਚੀ ਹੋਈ ਮੈਂ ਸਕੂਲ ਨਹੀਂ ਜਾਣਾ, ਅਤੇ ਸਕੂਲ ਗਿਆ ਵੀ ਨਹੀਂ, ਪੜ੍ਹਿਆ ਨਹੀਂ, ਨੌਲੇਜ ਸਾਰੀ ਰੱਖਦਾ, ਤੁਹਾਡੇ ਚੈਨਲ ਬਾਰੇ ਵੀ ਮੈਨੂੰ ਇਹ ਨਹੀਂ ਦੱਸਦਾ ਜੀ, ਸਾਰਾ ਨੌਲੇਜ ਸਾਰੀ ਰੱਖਣੀ ਆ, ਸਕੂਲ ਨਹੀਂ ਗਿਆ, ਅਤੇ ਸਾਨੂੰ ਸਾਰੇ ਪਰਿਵਾਰ ਨੂੰ ਸਿੱਖੀ ਨਾਲ ਜੋੜਿਆ, ਸਾਰਿਆਂ ਨੂੰ ਆ ਕੇ ਸਿੱਖੀ ਨਾਲ ਜਿਉਣਾ ਸਿਖਾਇਆ। ਆਪਾਂ ਯਾਰਾਂ ਬੇਲੀਆਂ 'ਚ ਖੇਡਦੇ, ਇਹਦੀਆਂ ਖੇਡਾਂ ਵੱਖਰੀਆਂ ਹੁੰਦੀਆਂ, ਅਸੀਂ ਐਂ ਗਲੀ 'ਚ ਕਲੀ ਪਾ ਲੈਂਦਾ ਹੁੰਦਾ ਸੀ, ਸਾਡਾ ਵਿਹੜਾ ਵੱਡਾ ਹੁੰਦਾ ਸੀ, ਨਿੰਮ ਹੁੰਦੀ ਸੀ, ਨਿੰਮ ਦੇ ਥੱਲੇ ਐਂ ਨਾ ਪੀੜੀ ਵਿਛਾ ਕੇ ਅਤੇ ਉੱਤੇ ਰੁਮਾਲਾ ਵਿਛਾ ਕੇ ਜਿਹਦੇ ਨਾਲ ਬੋਕਰ ਲਾਉਂਦੇ, ਐਂ ਕਰਨ ਲੱਗਦਾ ਵੀ ਗੁਰੂ ਸਾਹਿਬ ਨੇ ਘਰ ਆਉਣਾ। ਇਸ ਤਰ੍ਹਾਂ ਦੀਆਂ ਖੇਡਾਂ ਖੇਡਦਾ ਰਿਹਾ ਇਹ ਬਚਪਨ ਦੇ ਵਿੱਚ, ਅਤੇ 29 ਅਗਸਤ ਨੂੰ ਅਰਸ਼ ਦਾ ਜਨਮ ਹੁੰਦਾ, ਜਿੱਦੇ ਉੱਧਰ ਅੰਤਮ ਅਰਦਾਸ ਹੋ ਜਾਂਦੀ ਆ ਆਪਣੇ ਸਾਰਿਆਂ ਦੀ ਹੋਣੀ ਆ, ਸਾਡੀ ਵੀ ਹੋਣੀ ਆ ਇੱਕ ਦਿਨ, ਜਿਹਦੀ ਅੰਤਮ ਅਰਦਾਸ ਹੋ ਗਈ ਸੀ ਬਸ ਉਦੋਂ ਥੋੜ੍ਹੇ ਟਾਈਮ ਬਾਅਦ 'ਚ ਆਪਣੇ ਘਰ ਜਨਮ ਹੋ ਗਿਆ ਸੀ। ਅਤੇ ਜਿਉਂ ਅਸੀਂ ਤਾਂ ਬਹੁਤ ਹੀ ਭਾਗਾਲਾ ਸਮਝਦੇ ਹਾਂ ਵੀ ਸਾਨੂੰ ਤਾਂ ਆ ਕੇ ਸਾਰਿਆਂ ਨੂੰ ਅਰਸ਼ ਨੇ ਬਦਲਤਾ, ਕਿਹੋ ਜਿਹੀ ਰੂਹ ਸਾਡੇ ਘਰ ਆਈ, 5 ਸਾਲ ਦੀ ਉਮਰ 'ਚ ਸਾਨੂੰ ਇਹਨੇ ਅੰਮ੍ਰਿਤ ਛਕਣ ਨੂੰ ਕਹਿਤਾ, ਅਤੇ ਪਤਾ ਨਹੀਂ ਹੋਰ ਕਿੰਨੇ ਇਨਸਾਨਾਂ ਦੇ ਇਹਨੇ ਜੀਵਨ ਬਦਲੇ ਨੇ, ਕਿੰਨਿਆਂ ਨੇ ਇਹਨੂੰ ਪ੍ਰੇਰਿਤ ਹੋ ਕੇ ਇਹ ਆਪਦੇ ਹੱਥੀਂ। ਅਸੀਂ ਤਕਰੀਬਨ ਹਰੇਕ ਐਤਵਾਰ ਅਨੰਦਪੁਰ ਸਾਹਿਬ ਸੰਗਤ ਲੈ ਕੇ ਜਾਂਦੇ ਰਹੇ ਹਾਂ, ਖੰਡੇ ਬਾਟੇ ਦੀ ਪੌਲ ਛਕਾਉਣ ਅਸੀਂ ਤਖ਼ਤ 'ਤੇ ਜਾਂਦੇ ਹੁੰਦੇ ਸੀ। ਹੁਣ ਵੀ ਅਸੀਂ ਬੇਨਤੀ ਕਰਦੇ ਹਾਂ ਕੋਈ ਅੰਮ੍ਰਿਤ ਪਾਣ ਕਹਿੰਦਾ ਤਖ਼ਤ 'ਤੇ ਜਾਣਾ ਚਾਹੀਦਾ, ਤਖ਼ਤ ਗੁਰੂ ਸਾਹਿਬ ਨੇ ਬਖਸ਼ੇ ਨੇ, ਅਤੇ ਅਸੀਂ ਬਹੁਤ ਪਤਾ ਨਹੀਂ ਕਿੰਨੇ ਪੁਰਾਣੀਆਂ ਨੂੰ ਲੈ ਗਏ ਹਾਂ, ਅਸੀਂ ਕਿਤੇ ਗਿਣਤੀਆਂ ਦੇ ਦਿਖਾਵੇ ਦੇ ਚੱਕਰ 'ਚ ਨਹੀਂ ਪਏ, ਪਰ ਅਰਸ਼ ਲੈ ਕੇ ਜਾਂਦਾ ਰਿਹਾ ਸਾਡੀ ਗੱਡੀ, ਇਹੀ ਕੈਂਪਰ ਗੱਡੀ 'ਤੇ, ਅਤੇ ਕਿੰਨੀਆਂ ਹੀ ਸੰਗਤਾਂ ਨੇ ਅੰਮ੍ਰਿਤ ਪਾਣ ਵੀ ਕੀਤਾ, ਤੋ ਜ਼ਿੰਦਗੀ ਦਾ ਜਿਉਣਾ ਸਾਨੂੰ ਵੀ ਲੱਗਦਾ ਵੀ ਸਫਲ ਹੋ ਰਿਹਾ ਜਿਹੜੇ ਕਾਰਜ ਨੂੰ ਆਏ ਹਾਂ, ਨਹੀਂ ਇੱਥੇ ਤਾਂ ਕਹਿੰਦੇ ਵੀ ਬੰਦਾ ਮੁੱਕ ਜਾਂਦਾ, ਕੰਮ ਤਾਂ ਮੁੱਕਦੇ ਨਹੀਂ। ਸੋ ਇਹ ਸਾਡੇ ਨਾਲ ਜਿਹੜੇ ਮੌਜੂਦ ਨੇ ਅਰਸ਼ਦੀਪ ਖਾਲਸਾ ਜੀ, ਜਿਨ੍ਹਾਂ ਦਾ ਪੁਨਰ ਜਨਮ ਹੁੰਦਾ ਹੈ, ਅਤੇ ਜਿਸ ਦਿਨ ਇਹਨਾਂ ਦੀ ਅੰਤਿਮ ਅਰਦਾਸ ਹੁੰਦੀ ਹੈ ਉਸੇ ਦਿਨ ਹੀ ਜਿਹੜਾ ਇਹਨਾਂ ਦਾ ਅਗਲਾ ਜਨਮ ਹੁੰਦਾ ਹੈ। 1997 ਦੀ ਗੱਲ ਕਰ ਲਈਏ ਤਾਂ 22 ਅਗਸਤ ਨੂੰ ਜਿਹੜਾ ਇਹਨਾਂ ਦੀ ਮੌਤ ਹੋ ਜਾਂਦੀ ਹੈ, ਡੈਥ ਹੋ ਜਾਂਦੀ ਹੈ, ਉਸ ਤੋਂ ਬਾਅਦ ਜਿਹੜਾ 29 ਅਗਸਤ ਨੂੰ ਜਿਹੜਾ ਅੰਤਿਮ ਅਰਦਾਸ ਵਾਲੇ ਦਿਨ ਹੀ ਇਹਨਾਂ ਦਾ ਜਿਹੜਾ ਪੁਨਰ ਜਨਮ ਹੁੰਦਾ, ਅਤੇ ਪਰਿਵਾਰ ਦੇ ਵਿੱਚ ਆ ਕੇ ਇਹ ਜਨਮ ਲੈਂਦੇ ਨੇ, ਅਤੇ ਸਾਰੇ ਪਰਿਵਾਰ ਨੂੰ ਜਿਹੜਾ ਗੁਰੂ ਦੇ ਨਾਲ ਜੋੜਦੇ ਨੇ। ਅਤੇ ਅੱਜ ਅਰਸ਼ਦੀਪ ਬੇਸ਼ੱਕ ਇੱਕ ਦਿਨ ਵੀ ਸਕੂਲ ਨਹੀਂ ਗਏ, ਪਰ ਨੌਲੇਜ ਦੀ ਗੱਲ ਕਰ ਲਈਏ, ਗਿਆਨ ਦੀ ਗੱਲ ਕਰ ਲਈਏ ਤਾਂ ਬਹੁਤ ਜ਼ਿਆਦਾ ਜਿਹੜਾ ਗਿਆਨ ਹੈ ਅਰਸ਼ਦੀਪ ਕੋਲ ਜਿਹੜਾ ਇਕੱਠਾ ਕੀਤਾ ਹੋਇਆ। ਤੁਸੀਂ ਸਾਡੇ ਨਾਲ ਜੁੜੇ ਹੋ, ਦਾ ਸਿਟੀ ਹੈਡਲਾਈਨਸ ਦੇਖ ਰਹੇ ਹੋ ਤੁਸੀਂ, ਮੈਂ ਤੁਹਾਡਾ ਦੋਸਤ ਗਗਨ ਸਮਾਧ, ਕੈਮਰਾਮੈਨ ਕਰਨ ਕੁਮਾਰ।